ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਤਪ ਸਥਾਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲਿਆਂ ਬਾਬਾ ਅਮਰੀਕ ਸਿੰਘ ਜੀ ਵੱਲੋਂ ਅਤੇ ਬਾਬਾ ਤਰਨਜੀਤ ਸਿੰਘ ਜੀ ਵੱਲੋਂ 29 ਨਵੰਬਰ 2020 ਤੋਂ ਨਿਰੰਤਰ ਸਿੰਘੂ ਬਾਰਡਰ ਤੇ ਲੰਗਰ ਚਲਾਏ ਜਾ ਰਹੇ ਸਨ ਅਤੇ ਕਿਸਾਨਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਆ ਕਿ ਸੈਂਟਰ ਸਰਕਾਰ ਜਿਹੜੀ ਕਿਸਾਨਾਂ ਅੱਗੇ ਝੁੱਕੀ ਹੈ ਤੇ ਸਾਰੀਆਂ ਮੰਗਾਂ ਮੰਨ ਲਈਆਂ ਵਾ। ਇਹ ਜ਼ਿਕਰਯੋਗ ਹੈ ਕਿ ਬਾਬਾ ਅਮਰੀਕ ਸਿੰਘ ਜੀ ਨੇ ਲਿਖਿਆ ਸੀ ਵੀ ਕਾਲੇ ਕਾਨੂੰਨ ਰੱਦ ਕਰਾ ਕੇ ਹੀ ਘਰਾਂ ਨੂੰ ਮੁੜਾਂਗੇ ਅਤੇ ਬਾਬਾ ਅਮਰੀਕ ਸਿੰਘ ਜੀ ਅਤੇ ਬਾਬਾ ਤਰਨਜੀਤ ਸਿੰਘ ਜੀ ਨੇ ਇਹਨਾਂ ਬੋਲਾਂ ਦੇ ਉੱਤੇ ਪੂਰਾ ਪਹਿਰਾ ਦਿੱਤਾ ਵਾ ਅਤੇ ਕਿਸਾਨੀ ਸੰਘਰਸ਼ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਜੁੜੇ ਰਹੇ ਨੇ। ਅੱਜ ਸਾਰੇ ਸੇਵਾਦਾਰ ਜਿਹੜੇ ਇੱਥੇ ਸਾਡੇ ਆਏ ਨੇ ਸਮਾਪਤੀ ਵਾਸਤੇ ਅਤੇ ਸਾਰਾ ਸਮਾਨ ਜਿਹੜਾ ਉਹ ਇਕੱਠਾ ਕਰਨ ਡਏ ਨੇ। ਨਿਰੰਤਰ ਲੰਗਰ ਚਲਾਏ ਜਾ ਰਹੇ ਸੀ। ਬੜੀ ਵੱਡੀ ਪੱਧਰ ਦੇ ਵਿੱਚ ਜਿਹੜਾ ਵਾ ਇਹ ਸ਼ੈੱਡ ਬਣਾਇਆ ਗਿਆ ਸੀ ਪੱਕਾ ਜਿਹਦਾ ਅੱਜ ਕੇ ਸਾਰੀ ਸਮਾਪਤੀ ਆ। ਖੁਸ਼ੀ ਵੀ ਆ ਕਿ ਸਰਕਾਰ ਜਿਹੜੀ ਆ ਕਿਸਾਨਾਂ ਦੇ ਅੱਗੇ ਝੁਕੀ ਹੋਈ ਆ। ਆਹ ਬੱਸ ਸੀ ਸਾਡੀ ਜਿਹੜੀ ਕਿ 1 ਸਾਲ ਤੋਂ ਨਿਰੰਤਰ ਇੱਥੇ ਲੱਗੀ ਹੋਈ ਸੀ। ਇਹ ਬੱਸ ਦਾ ਇੱਥੇ ਲੱਗੀ ਦਾ ਰੰਗ ਬਦਲ ਗਿਆ। ਇਹ ਪਿੰਡ ਨਹੀਂ ਗਈ, ਇਹਨਾਂ ਵਿੱਚੋਂ ਖੋਲਿਆ ਸੀ ਸਾਰੀ ਬੱਸ ਨੂੰ ਆਪਾਂ ਤੇ ਵਿੱਚ ਇਹਦੇ ਸਾਡੇ ਸਿੰਘ ਜਿਹੜੇ ਸੀ ਉਹ ਸੌਂਦੇ ਹੁੰਦੇ ਸੀ ਤੇ ਅੱਜ ਅਸੀਂ ਇਹ 'ਚ ਸਮਾਨ ਲੱਦਿਆ ਵਾ ਸਾਰਾ। ਇਹ ਬਾਬਿਆਂ ਨੇ ਆਪਣੇ ਬੋਲਾਂ ਦੇ ਉੱਤੇ ਪੂਰਾ ਪਿਆਰਾ ਲਾਇਆ ਵਾ। ਸਿੱਖੀ ਦਾ ਮਸਲਾ ਹੋਵੇ ਜਾਂ ਪੰਜਾਬੀ ਦਾ ਮਸਲਾ ਹੋਵੇ, ਬਾਬਾ ਅਮਰੀਕ ਸਿੰਘ ਜੀ ਮੋਢੇ ਨਾਲ ਮੋਢਾ ਲਾ ਕੇ ਹਮੇਸ਼ਾ ਖੜਦੇ ਰਹੇ ਨਾਲ ਤੇ ਬੜੀ ਇਹ ਖੁਸ਼ੀ ਵਾਲੀ ਗੱਲ ਆ ਅੱਜ। ਇਹ ਸਾਡੇ ਸ਼ੈੱਡ ਬਣੇ ਸੀ ਪੱਕੇ ਜਿਹੜੇ ਕਿ ਅੱਜ ਅਸੀਂ ਸਮਾਪਤੀ ਕਰਕੇ ਜਾ ਰਹੇ ਹਾਂ ਤੇ ਇੱਥੋਂ ਦੀਆਂ ਯਾਦਾਂ ਦਿੱਲੀ ਦੀਆਂ ਹਮੇਸ਼ਾ ਨਾਲ ਰਹਿਣਗੀਆਂ। ਪੰਡਤ ਜੀ ਇੱਧਰ ਆਓ। ਇਹ ਸਾਡੇ ਪੰਡਤ ਜੀ ਆ ਜਿਹੜੇ ਕਿ 1 ਦਿਨ ਹੀ ਅੰਦੋਲਨ ਦੇ ਵਿੱਚ ਵਾਪਸ ਕਰ ਗਏ। ਇੱਧਰ ਲੋਏ ਆ ਪੰਡਤ ਜੀ, ਇੱਧਰ ਨੂੰ ਦੇਖਿਓ। ਕੀ ਨਾਂ ਤੁਹਾਡਾ? ਜਸਪਾਲ ਸਿੰਘ। ਜਦੋਂ ਦਾ ਅੰਦੋਲਨ ਚੱਲਣ ਡਿਆ ਪਿੰਡ ਗਏ ਜੋ ਤੇ ਫਿਰ ਹੁਣ ਅੰਦੋਲਨ ਜਿੱਤ ਲਿਆ ਤੇ ਕਿਵੇਂ ਦਾ ਫੀਲ ਹੋ ਰਿਹਾ ਤੁਹਾਨੂੰ? ਠੀਕ ਹੈ, ਖੁਸ਼ੀ ਹੋ ਰਹੀ ਆ? ਖੁਸ਼ੀ ਪੂਰੀ। ਇੱਕ ਮਾਰ ਤੋਂ ਨਾਰਾ ਫਿਰ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।